ਉਹ ਪਰਚੀ ਆਈ ਸੀਗੀ ਤੇਰੀਆ ਸਾਹਿਬ ਵੱਲੋਂ 500 ਰੁਪਏ ਦੀ, ਸਿਵ ਧਾਮ ਵੈਲਫੇਅਰ ਸੁਸਾਇਟੀ ਵੱਲੋਂ। ਉਹਨੂੰ ਅਸੀਂ ਆਪ ਹੀ ਹੁਣ ਨਵਾ ਨੂ ਕੇ ਲੈ ਕੇ ਆਏ ਹਾਂ ਚੱਕ ਕੇ ਉੱਥੋਂ। ਪਰਚੀ ਦੀ ਮਾਫ਼ੀ ਕਰਾ 500 ਰੁਪਏ ਦੀ ਯਾਰ, ਉਹਨੇ ਦੇਣਾ ਹੀ ਜਾਂ ਸਾਡੇ ਅਸੀਂ ਦੇਵਾਂਗੇ ਆਪਦੀ ਜੇਬ 'ਚੋਂ। ਪਰ ਉਹਦੇ ਬਹੁਤ ਛੋਟੇ ਛੋਟੇ ਬੱਚੇ ਹੈ, ਮੈਂ ਇਸ ਕਰਫਿਊ ਦੇ ਵਿੱਚ ਬਹੁਤ ਹੀ ਦੁੱਖ ਦੇ ਨਾਲ ਇਹ ਵੀ ਕਹਿਣਾ ਪੈ ਰਿਹਾ ਕਿ ਕੋਈ ਬੰਦੇ ਇੱਕ ਦੂਸਰੇ ਦੇ ਨਾਲ ਆ, ਉਹ ਜਾਣ ਨੂੰ ਵੀ ਬਹੁਤ ਮੁਸ਼ਕਿਲ ਹੈ। ਤਾਂ ਉਹਦਾ ਕੋਈ ਵੀ ਰਿਸ਼ਤੇਦਾਰ ਭੈਣ ਭਰਾ ਨਹੀਂ ਸੀ, ਤਾਂ SSP ਮਾਨਯੋਗ ਸਾਨੂੰ ਕਿਹਾ ਕਿ ਤੁਸੀਂ ਜਾਓ ਉੱਥੇ, ਜੋ ਵੀ ਉਹਦੀ ਰਸਮ ਕਿਰਿਆ ਬਣਦੀ ਆ ਉੱਥੇ ਉਹ ਕਰਾ ਕੇ ਅਤੇ ਕਰੋ। ਉਹ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਇਸ ਗੱਲ ਦਾ ਕਿ SSP ਸਾਹਿਬ ਨੇ ਜੋ ਆਪਣੀ ਫੋਰਸ ਭੇਜੀ ਹੈ, ਬੰਦੇ ਭੇਜੇ ਹੈ, ਔਰ ਪੁਲਿਸ ਦੇ ਸਹਿਯੋਗ ਨਾਲ ਅੱਜ ਕਬਰਸਤਾਨ ਦੇ ਵਿੱਚ ਜਿਹੜੀ ਹੈ ਮਿੱਟੀ ਲਾਈ ਗਈ ਹੈ। ਸਾਡੀ ਜਿਹੜੀ ਅਵੇਅਰਨੈਸ ਟੀਮ ਹੈ, ਕਰੋਨਾ ਅਵੇਅਰਨੈਸ ਟੀਮ ਪੂਰੀ ਦੀ ਪੂਰੀ ਆ ਕੇ ਉਹਦੀਆਂ ਜਿੰਨੀਆਂ ਵੀ ਰਸਮ ਰਿਵਾਜ਼ ਸੀ, ਸ਼ਮਸ਼ਾਨ ਘਾਟ ਉਹਨੂੰ ਦਫਨਾਇਆ ਗਿਆ। ਪੰਜਾਬ ਵਿੱਚ ਕਰਫਿਊ ਲੱਗਿਆ ਹੋਣ ਦੇ ਬਾਵਜੂਦ ਮੁਕਤਸਰ ਸਾਹਿਬ ਪੁਲਿਸ ਨੇ ਬਜ਼ੁਰਗ ਮੁਸਲਮਾਨ ਦੀ ਮੌਤ ਹੋ ਜਾਣ ਤੇ ਉਸਦੀ ਮਿੱਟੀ ਨੂੰ ਦਫਨਾਉਣ ਦਾ ਸਾਰਾ ਕੰਮ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਬਜ਼ੁਰਗ ਪਿਛਲੇ 4 ਮਹੀਨੇ ਤੋਂ ਬਿਮਾਰ ਸੀ ਅਤੇ ਉਸ ਨੂੰ ਬ੍ਰੇਨ ਹੈਮਰੇਜ ਦੀ ਬਿਮਾਰੀ ਸੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੁਕਤਸਰ ਸਾਹਿਬ ਪੁਲਿਸ ਨੇ ਖੁਦ ਅੱਗੇ ਆ ਕੇ ਜਨਾਜ਼ਾ ਪੜ੍ਹਨ ਤੋਂ ਲੈ ਕੇ ਦਫਨਾਉਣ ਤੱਕ ਦੀ ਸਾਰੀ ਰਸਮ ਨਿਭਾਈ। ਉਹ ਪਰਚੀ ਆਈ ਸੀਗੀ ਤੇਰੀਆ ਸਾਹਿਬ ਵੱਲੋਂ 500 ਰੁਪਏ ਦੀ, ਸਿਵ ਧਾਮ ਵੈਲਫੇਅਰ ਸੁਸਾਇਟੀ ਵੱਲੋਂ। ਉਹ ਤਾਂ ਯਾਰ ਉਹਦੇ ਵਿਚਾਰੇ ਤੋਂ ਹੈ ਹੀ ਕੁਛ ਨਹੀਂ, ਲੰਗਰ ਤਾਂ ਆਪਣੇ ਕੋਲ ਲਿਜਾਲ ਜਾ ਕੇ ਦਿੰਦੇ ਰਹੇ ਵਿਚਾਰੇ ਨੂੰ, ਤਾਂ ਬਿਮਾਰ ਪਿਆ ਸੀ 2 ਸਾਲਾਂ ਤੋਂ ਮੰਜੇ 'ਚ। ਅਤੇ ਉਹ ਕਹੋ ਤੇਰੀਆ ਸਾਹਿਬ ਨੂੰ ਯਾਰ ਗੱਲ, ਕੁਛ ਵੀ ਹੈ ਨਹੀਂ, 7-8 ਬੱਚੇ ਆ ਨਿੱਕੇ 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 ਛੋਟੇ ਛੋਟੇ, ਉਹ ਤਾਂ ਜੇ ਤੁਹਾਨੂੰ ਦਿਖਾ ਦਾ ਕਬਰਸਤਾਨ ਮੁਕਤਸਰ, ਇੱਕ ਕੋਟਲੀ ਰੋਡ ਗਾਂਧੀ ਨਗਰ ਦੀ ਜਗ੍ਹਾ ਹੈਗੀ, ਕਬਰਸਤਾਨ ਹੈ ਉੱਥੇ, ਉੱਥੇ ਦਫਨਾਉਣਾ ਇਹਨੂੰ। ਅਤੇ ਉਹ ਗੱਡੀ ਲੈ ਕੇ ਆਈ ਸੀ, ਡੈੱਡ ਬੋਡੀ ਅਸੀਂ ਮੰਗਾਈ ਸੀਗੀ, ਉਹ ਸਾਨੂੰ ਬੱਚੇ ਨੇ ਦੱਸਿਆ ਸੁਬਹਾ ਵੀ ਐਂ ਕਰਕੇ ਵੀ ਅੱਬਾ ਜਾਨ ਦੀ ਡੈਥ ਹੋ ਗਈ ਹੈ। ਅਤੇ ਉਹ ਅਸੀਂ ਤਾਂ ਲੰਗਰ ਫੜਾਉਣ ਗਏ ਸੀਗੇ, ਉਹ ਫਿਰ ਕਾਸਮ ਨਾਲ ਸੀ, ਫਿਰ ਕਾਸਮ ਨੇ ਫਿਰ ਜਦੋਂ ਵੇਖਿਆ ਕਹਿੰਦੇ ਵਾਕਈ ਯਾਰ, ਫਿਰ ਇਸੇ ਨੂੰ ਵਿਚਾਰੇ ਨੇ ਸਾਰਾ ਹਿੰਮਤ ਮਾਰ ਕੇ ਆਪਦੇ 2-4 ਭਰਾਵਾਂ ਨੂੰ ਟੈਲੀਫੋਨ ਕਰਕੇ ਉਹਨੂੰ ਅਸੀਂ ਆਪ ਹੀ ਹੁਣ ਨਵਾ ਨੂ ਕੇ ਲੈ ਕੇ ਆਏ ਹਾਂ ਚੱਕ ਕੇ ਉੱਥੋਂ। ਅਤੇ ਉਹ ਤਾਂ ਯਾਰ ਪਰਚੀ ਦੀ ਮਾਫ਼ੀ ਕਰਾ 500 ਰੁਪਏ ਦੀ ਯਾਰ, ਉਹਨੇ ਦੇਣਾ ਹੀ ਜਾਂ ਸਾਡੇ ਅਸੀਂ ਦੇਵਾਂਗੇ ਆਪਦੀ ਜੇਬ 'ਚੋਂ। ਅੱਜ ਬਹੁਤੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਮਜ਼ਦੂਰ ਵਿਚਾਰਾ ਮੁਸਲਿਮ ਸਬਜ਼ੀ ਦਾ ਕੰਮ ਕਰਦਾ ਸੀ, ਅਚਾਨਕ ਹੀ 12 ਵਜੇ ਕਰੀਬਨ ਉਹਦੀ ਬ੍ਰੇਨ ਹੈਮਰੇਜ ਹੋਣ ਕਰਕੇ ਡੈਥ ਹੋ ਗਈ ਹੈ। ਔਰ ਉਹਦੇ ਬਹੁਤ ਛੋਟੇ ਛੋਟੇ ਬੱਚੇ ਹੈ, ਮੈਂ ਇਸ ਕਰਫਿਊ ਦੇ ਵਿੱਚ ਬਹੁਤ ਹੀ ਦੁੱਖ ਦੇ ਨਾਲ ਇਹ ਵੀ ਕਹਿਣਾ ਪੈ ਰਿਹਾ ਕਿ ਕੋਈ ਬੰਦੇ ਇੱਕ ਦੂਸਰੇ ਦੇ ਨਾਲ ਆ, ਉਹ ਜਾਣ ਨੂੰ ਵੀ ਬਹੁਤ ਮੁਸ਼ਕਿਲ ਹੈ। ਔਰ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਇਸ ਗੱਲ ਦਾ ਕਿ SSP ਸਾਹਿਬ ਨੇ ਜੋ ਆਪਣੀ ਫੋਰਸ ਭੇਜੀ ਹੈ, ਬੰਦੇ ਭੇਜੇ ਹੈ, ਔਰ ਪੁਲਿਸ ਦੇ ਸਹਿਯੋਗ ਨਾਲ ਅੱਜ ਕਬਰਸਤਾਨ ਦੇ ਵਿੱਚ ਜਿਹੜੀ ਹੈ ਮਿੱਟੀ ਲਾਈ ਗਈ ਹੈ। ਇਸ ਗਰੀਬ ਬੱਚੇ ਦੇ ਬਹੁਤ ਹੀ ਛੋਟਾ ਬੱਚਾ ਹੈ ਔਰ ਇੱਦੋਂ ਵੀ ਛੋਟੇ ਛੋਟੇ ਬੱਚੇ ਹੈ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਵੀਰਾਂ ਦਾ ਜਿਹੜੇ ਵੀ 2-4 ਜਣੇ ਆਏ ਹੈ, ਔਰ ਬਹੁਤ ਜ਼ਿਆਦਾ ਧੰਨਵਾਦੀ ਹੈ ਮੈਂ ਆਪਣੇ ਪ੍ਰਸ਼ਾਸਨ ਦੇ ਜੋ ਕਿ ਮੌਕੇ 'ਤੇ ਇਸ ਗੱਲ ਨੂੰ ਸੰਭਾਲਿਆ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ। ਮੈਂ ਕਾਸਮ ਅਲੀ, ਅੱਜ ਸਾਡੇ ਸ਼ਹਿਰ ਦੇ ਅੰਦਰ ਇੱਕ ਜੋ ਕਿ ਮੁਸਲਮਾਨ ਸ਼ਖਸ ਸੀ, ਜਬਰਦੀਨ ਸਨਮ ਬਸ਼ਰੂਦੀਨ, ਜੋ ਕਿ 40-45 ਸਾਲ ਤੋਂ ਇੱਥੇ ਰਹਿ ਰਹੇ ਸੀ ਅਤੇ ਉਹ ਪਿੱਛੇ ਤੋਂ ਕਲਕੱਤਾ ਦੇ ਰਹਿਣ ਵਾਲੇ ਸੀ ਜਲਪਾਈਗੁੜੀ ਦੇ। ਅੱਜ 2-3 ਮਹੀਨੇ ਬਿਮਾਰ ਪੈਣ ਤੋਂ ਬਾਅਦ ਅੱਜ ਰਾਤ ਉਹਨਾਂ ਦੀ ਬ੍ਰੇਨ ਹੈਮਰੇਜ ਹੋ ਗਈ। ਤਾਂ ਉਹਦਾ ਕੋਈ ਵੀ ਰਿਸ਼ਤੇਦਾਰ ਭੈਣ ਭਰਾ ਨਹੀਂ ਸੀ, ਤਾਂ SSP ਮਾਨਯੋਗ ਸਰਦਾਰ ਰਾਜਬਚਨ ਸਿੰਘ ਸੰਧੂ ਜੀ ਨੇ ਸਾਨੂੰ ਕਿਹਾ ਕਿ ਤੁਸੀਂ ਜਾਓ ਉੱਥੇ, ਜੋ ਵੀ ਉਹਦੀ ਰਸਮ ਕਿਰਿਆ ਬਣਦੀ ਆ ਉੱਥੇ ਉਹ ਕਰਾ ਕੇ ਅਤੇ ਕਰੋ। ਫਿਰ ਸਾਡੀ ਜਿਹੜੀ ਅਵੇਅਰਨੈਸ ਟੀਮ ਹੈ, ਕਰੋਨਾ ਅਵੇਅਰਨੈਸ ਟੀਮ ਪੂਰੀ ਦੀ ਪੂਰੀ ਆ ਕੇ ਉਹਦੀਆਂ ਜਿੰਨੀਆਂ ਵੀ ਰਸਮ ਰਿਵਾਜ਼ ਸੀ, ਸ਼ਮਸ਼ਾਨ ਘਾਟ ਕੋਟਲੀ ਰੋਡ 'ਤੇ ਲਿਜਾ ਕੇ ਉਹਨੂੰ ਦਫਨਾਇਆ ਗਿਆ ਔਰ ਉਹਦੀਆਂ ਜੋ ਅੰਤਰ ਰਸਮਾਂ ਉਹ ਕੀਤੀਆਂ ਗਈਆਂ। ਤਾਂ ਮਾਨਯੋਗ SSP ਸਾਹਿਬ ਦਾ ਅਸੀਂ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਮੁਸਲਮਾਨ ਭਾਈਚਾਰੇ ਦੀ ਬਾਂਹ ਫੜੀ ਹੈ ਔਰ ਪੂਰੀ ਤਰ੍ਹਾਂ ਸਹਿਯੋਗ ਦੇ ਰਹੇ ਆ, ਉਹਨਾਂ ਨੇ ਕੋਈ ਜਾਤ ਪਾਤ ਨਹੀਂ ਦੇਖੀ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਸ੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਡੋਡੀ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।